ਸਤਿ ਸ਼੍ਰੀ ਅਕਾਲ ਵੀ ਸਾਰਿਆਂ ਨੂੰ ਸਵਾਗਤ ਕਰਦੇ ਹਾਂ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ। ਅਤੇ ਅੱਜ ਆਪਾਂ ਆਏ ਸੀਗੇ ਲੋਟਬੱਦੀ, ਜਿਹੜੇ ਫੋਰਮੈਨ ਦੀ ਕੱਲ੍ਹ ਬਾਈ ਗੱਲ ਕਰਦਾ ਸੀ ਟਰਬੋ ਵਾਲੇ ਦੀ, ਉਹਦੇ ਕੋਲ ਆਏ ਹਾਂ। ਸਾਰੀ ਜਾਣਕਾਰੀ ਦੇਵਾਂਗੇ ਟਰਬੋਆਂ ਬਾਰੇ, ਅਤੇ ਖਰਚਾ ਵੀ ਪੁੱਛਾਂਗੇ, ਅਤੇ ਕਿਹੜੇ ਕਿਹੜੇ ਟਰੈਕਟਰ 'ਤੇ ਲੱਗੂਗੀ, ਕਿੰਨੇ ਨੰਬਰ ਦੀ ਲੱਗੂਗੀ, ਸਾਰੀ ਜਾਣਕਾਰੀ A to Z ਲਵਾਂਗੇ। ਅਤੇ ਵਲੋਗ ਨਾਲ ਜੁੜੇ ਰਹੋ ਐਂਡ ਤੱਕ, ਅਤੇ ਗੱਲਬਾਤ ਕਰਾਉਂਦੇ ਮਿਸਤਰੀ ਸਾਹਿਬ ਨਾਲ, ਅਤੇ ਦਿਖਾਉਂਦੇ ਹਾਂ ਤੁਹਾਨੂੰ ਟਰਬੋਆਂ, ਅਤੇ ਜੁੜੇ ਰਹੋ ਵਲੋਗ ਨਾਲ ਐਂਡ ਤੱਕ। ਉਹ ਵੀ ਮਿੱਤਰੋ, ਹੁਣ ਤੁਹਾਡੀ ਮਿਸਤਰੀ ਸਾਹਿਬ ਨਾਲ ਗੱਲ ਕਰਾਉਂਦੇ ਹਾਂ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਵੀਰ। ਕੀ ਨਾਮ ਆ ਜੀ ਆਪਣਾ? ਦਲਜੀਤ ਸਿੰਘ ਜੀ। ਠੀਕ ਆ ਜੀ। ਅਤੇ ਕਿੰਨਾ ਟਾਈਮ ਹੋ ਗਿਆ ਜੀ ਆਪਾਂ ਨੂੰ ਟਰੈਕਟਰਾਂ ਦਾ ਕੰਮ ਕਰਦੇ ਨੂੰ? ਮੈਨੂੰ ਹੋ ਗਏ 35 ਸਾਲ। ਠੀਕ ਆ ਜੀ। ਅਤੇ ਹੁਣ ਆਪਾਂ ਟਰਬੇ ਬਾਰੇ ਗੱਲ ਕਰਦੇ ਹਾਂ ਜੀ, ਕਿੰਨਾ ਟਾਈਮ ਹੋ ਗਿਆ ਤੁਹਾਨੂੰ ਟਰਬੋ ਲਾਉਂਦੇ ਨੂੰ ਜੀ? ਮੈਨੂੰ ਹੋ ਗਏ ਜੀ 5-6 ਸਾਲ ਹੋ ਗਏ। ਠੀਕ ਆ ਜੀ। ਅਤੇ ਆਹ ਟਰੈਕਟਰ 'ਤੇ ਤੁਸੀਂ ਟਰਬੋ ਲਾਈ ਹੈ ਜੀ, ਮਤਲਬ ਕਿੰਨੇ ਨੰਬਰ ਟਰਬੋ ਲੱਗੀ ਹੈ? ਅਤੇ 25 ਨੰਬਰ ਜੀ। ਠੀਕ ਆ ਜੀ। ਅਤੇ ਕਿਹੜੀ ਕੰਪਨੀ 'ਤੇ ਲੱਗੀ ਜੀ ਟਰਬੋ? ਇਹ ਹੋਲਸੈਟ ਦੀ ਹੈ ਜੀ। ਠੀਕ ਆ ਜੀ। ਤੂੰ ਬੈਸਟ ਕਿਹੜੀ ਕੰਪਨੀ ਹੈ ਤੁਹਾਡੇ ਹਿਸਾਬ ਨਾਲ? ਇਹ ਤਾਂ ਵੱਧ ਹੋਲਸੈਟ ਦੀਆਂ ਲਾਈਆਂ ਨੇ। ਹੋਲਸੈਟ ਦੀਆਂ 25 ਨੰਬਰ ਹੀ ਲਾਈਆਂ ਨੇ ਜੀ। ਤੇ ਇਹ ਕਿਹੜਾ ਟਰੈਕਟਰ ਆ ਜੀ? ਨਿਊ ਹੋਲੈਂਡ 37 ਦੀ। ਠੀਕ ਆ ਜੀ। ਤੇ ਜ਼ਿਆਦਾ ਪਰਫਾਰਮੈਂਸ ਮਤਲਬ ਕਿਹੜੀ ਦਿੰਦੀ ਆ ਜੀ, ਮਤਲਬ ਜਿਹੜਾ ਐਵਰੇਜ ਵੀ ਜਿਹੜੀ ਜ਼ਿਆਦਾ ਦਿੰਦੀ ਹੋਵੇ? ਵੀਰ ਆ ਜਿਹਨੇ ਅਸੀਂ ਲਾਈਆਂ ਨੇ ਖਿਚਾਈ ਵੀ ਇਹਨਾਂ ਨੇ ਵਧੀਆ ਰਹੀ ਹੈ, ਇੱਥੇ ਜਿੰਨੇ ਫਿੱਟ ਕਰੀਆਂ ਨੇ ਕੰਪਨੀ ਨਹੀਂ ਲਾਉਂਦੇ। ਹਾਂ, ਕੰਪਨੀ ਹੀ ਲਾਉਂਦੇ ਆ, ਕੋਈ ਦੂਜੀ ਆਮ ਕੇ ਲਾਈ ਨਹੀਂ ਕੋਈ ਦੇਸੀ। ਠੀਕ ਆ ਜੀ। ਤੇ ਇੱਕ ਟਰਬੋ ਲਾਉਣ 'ਤੇ ਕਿੰਨਾ ਖਰਚਾ ਆ ਜਾਂਦਾ? ਮਤਲਬ ਇਹ ਆ ਜਾਂਦਾ ਜੀ 30,000 ਰੁਪਏ ਦੇ ਗੇੜ ਆ ਜਾਂਦਾ। ਠੀਕ ਆ ਜੀ। ਹਾਂ ਜੀ, ਟਰਬੋ ਬੰਦਾ ਆਪ ਹੀ ਲਿਆਉਂਦਾ। ਠੀਕ ਆ ਜੀ। ਅਸੀਂ ਆਪ ਦੇ ਕੋਲ ਤਾਂ ਲਾਉਂਦੇ ਨਹੀਂ ਹੈਗੇ, ਫਿੱਟ ਹੀ ਕਰਦਾ ਸਾਰਾ ਕੁਝ। ਹੁਣ ਤੱਕ ਤੁਸੀਂ ਕਿੰਨੇ ਫਿੱਟ ਕਰਤੀ, ਕਿੰਨੇ ਟਰੈਕਟਰ ਨੇ ਕਰਤੀ? ਅਸੀਂ ਕਰਤੇ 35-40 ਟਰੈਕਟਰ ਨੇ ਫਿੱਟ ਕਰਤੀ। ਠੀਕ ਆ ਜੀ। ਕਿਸੇ ਦਾ ਕੋਈ ਲੰਬਾ ਲੂੰਬਾ ਤਾਂ ਨਹੀਂ? ਕਿਸੇ ਦਾ ਨਹੀਂ ਆਇਆ ਹਜੇ ਤੱਕ। ਠੀਕ ਆ ਜੀ। ਅਤੇ ਮਿੱਤਰੋ ਮੈਂ ਤੁਹਾਨੂੰ ਮਿਸਤਰੀ ਦਾ ਨੰਬਰ ਵੀ ਦੇ ਦੂੰਗਾ, ਅਤੇ ਆਹ ਜਿਵੇਂ ਤੁਸੀਂ ਦੇਖ ਸਕਦੇ ਹੋ, ਕਰੀਬ ਮੜੇ ਲਾਇਓ ਥੱਲੇ, ਅਤੇ ਆਹ ਦੇਖੋ ਨਿਊ ਹੋਲੈਂਡ 36-30 ਦੀ ਲਾਈ ਹੋਈ ਆ, ਅਤੇ ਆਹ ਟਰਬੋ ਲੱਗੀ ਹੋਈ ਆ। ਅਤੇ ਹੁਣ ਆਪਾਂ ਅਗਲੇ ਟਰੈਕਟਰ ਕੋਲ ਚੱਲਦੇ ਹਾਂ ਜੀ। ਹੁਣ ਆਪਾਂ ਦੂਜੇ ਟਰੈਕਟਰ ਦੀ ਗੱਲ ਕਰਦੇ ਹਾਂ, ਜੌਡੀਅਰ 53 ਦਾ। ਵੀਰੇ ਕਿੰਨਾ ਮਾਡਲ ਆ ਇਹ? 9 ਮਾਡਲ ਆ ਵੀਰ, 2009 ਮਾਡਲ ਆ। ਅਤੇ ਇਹ 'ਤੇ ਵੀ ਬਾਈ ਹੁਣਾਂ ਨੇ ਲਾਈ ਹੋਈ ਟਰਬੋ, ਅਤੇ ਪਰਫਾਰਮੈਂਸ ਕਿਵੇਂ ਆ ਜੀ? ਪੂਰੀ ਵਧੀਆ ਵੀਰੇ, ਮਤਲਬ ਖਿਚਾਈ ਖਚੂਰੀ ਪੂਰੀ? ਬਹੁਤ ਜ਼ਿਆਦਾ ਆ। ਅਤੇ ਮਾਈਲੇਜ? ਮਾਈਲੇਜ 19 ਹੋਈ ਆ। ਖਿਚਾਈ ਥੋੜ੍ਹੀ ਜਿਹੀ ਘਟਾ ਜਾਂਦਾ ਜਾਣੀ ਦੀ। ਅੱਛਾ ਜੀ। ਤੇਲ ਘੱਟ ਖਾਣ ਲੱਗ ਜਾਂਦਾ ਜਾਣੀ। ਠੀਕ ਆ ਜੀ। ਅਤੇ ਮਿਸਤਰੀ ਸਾਹਿਬ ਦੱਸੋ ਇਹਦੇ ਟਰੈਕਟਰ ਬਾਰੇ ਵੀ, ਇਹ 'ਤੇ ਕਿਹੜੀ ਟਰਬੋ ਲਾਈ ਆ? ਇਹਦੇ 25 ਨੰਬਰ ਲਾਈ ਆ ਵੀਰ। ਠੀਕ ਆ ਜੀ। ਅਤੇ ਮਤਲਬ ਜ਼ਿਆਦਾਤਰ ਤੁਸੀਂ 25 ਨੰਬਰ ਹੀ ਲਾਉਂਦੇ? 25 ਨੰਬਰ ਹੀ ਲਾਉਂਦੇ ਜੀ। ਕਿਹੜੀ ਕੰਪਨੀ ਦੀ? ਹੋਲਸੈਟ ਦੀ। ਠੀਕ ਆ ਜੀ। ਅਤੇ ਮਿਸਤਰੀ ਸਾਹਿਬ ਦਾ ਤੁਹਾਨੂੰ ਆਪਾਂ ਨੰਬਰ ਦੇ ਦਾਂਗੇ, ਤੁਸੀਂ ਕਾਲ ਕਰਕੇ ਪੁੱਛ ਲਿਓ। ਅਤੇ ਇਹ 'ਤੇ ਕਿੰਨਾ ਖਰਚਾ ਆ ਗਿਆ ਜੀ ਜੌਂਡੀਅਰ 'ਤੇ? ਇਹਦੇ ਆ ਗਏ 35,000 ਰੁਪਇਆ। ਠੀਕ ਆ ਜੀ। ਅਤੇ ਟਰਬੋ ਅਗਲਾ ਲਿਆਉਂਦਾ ਤੁਸੀਂ ਫਿੱਟ ਕਰ? ਜੌਂਡੀਅਰ ਦੀ ਓਰੀਜਨਲ ਲਾਈ ਵੀ ਆ। ਅੱਛਾ ਜੀ। ਪਹਿਲਾਂ ਕਿਹੜੇ 'ਤੇ ਲੱਗੀ ਹੋਈ ਸੀਗੀ? ਇਹ ਕਿਹੜੇ 'ਤੇ ਲੱਗੀ ਹੋਈ ਸੀ? ਜੌਂਡੀਅਰ ਦੀ ਇਹ 53 10। ਪਹਿਲਾਂ ਕਿਸੇ ਹੋਰ ਕਿਹੜੇ ਮਾਡਲ 'ਤੇ ਲੱਗੀ ਹੋਈ ਸੀਗੀ? ਨਹੀਂ ਇਹਦੀ ਵੀ ਆ ਇਹ 53 ਦਾ ਪਹਿਲਾਂ ਆਉਂਦੀ ਨਹੀਂ ਟਰਬੋ ਅੱਛਾ ਜੀ ਹਾਂ ਜੀ ਇਹ ਮਤਲਬ ਪੁਰਾਣਾ ਮਾਡਲ ਆ ਇਹ ਬਿਨਾਂ ਟਰਬੋ ਤੋਂ ਪਹਿਲਾਂ ਆਉਂਦੇ ਸੀ ਹੁਣ ਜਾਣੇ ਦੇ ਜਿਹੜੇ ਨਵੇਂ ਆਉਂਦੇ ਉਹ ਟਰਬੋ ਵਾਲੇ ਆਉਂਦੇ ਆ ਇਹ ਬਿਨਾਂ ਟਰਬੋ ਤੋਂ ਪਹਿਲ
ਠੀਕ ਹੈ ਜੀ ਮਤਲਬ ਇਹਦੇ ਹੀ ਨਿਊ ਹਾਲੈਂਡ ਦੀ ਠੀਕ ਹੈ ਆ ਦੇਖੋ ਬੈਟਰੀ ਸਾਰੀ ਉਹੀ ਹੈ ਠੀਕ ਹੈ
ਆਰਮੀ ਟੂਰ ਵੀ ਰੀਜਨਲ ਲੱਗਿਆ ਸਾਰਾ ਕੁਝ ਹੀ ਰੀਜਨਲ ਕਰਿਆ ਠੀਕ ਹੈ ਮਿੱਤਰੋ ਇੱਕ ਆ ਟਰੈਕਟਰ ਮਿਸਤਰੀ ਸਾਹਿਬ ਦਾ ਖੋਲਿਆ ਆ ਤੇ ਇਹਦੇ ਬਾਰੇ ਗੱਲਬਾਤ ਕਰ ਰਹੇ ਕਿਹੜਾ ਟਰੈਕਟਰ ਆਈ ਇਹ ਵੀਰੇ ਸੋਨਾਲੀਕਾ ਸੋਨਾਲੀਕਾ ਕਿਹੜਾ 99 ਮਾਡਲ 55 ਵੀਰੇ ਠੀਕ ਹੈ ਤੇ ਇਹਦਾ ਕੀ ਕਰਨਾ ਵੀਰੇ ਇਹਦਾ ਇੱਕ ਤਾਂ 3 ਸਪੀਡ ਕਰਨਾ ਵੀਰੇ ਅੱਛਾ ਜੀ ਇੱਕ ਨੂੰ ਸਪੀਡ ਵਧਾਉਣੀ ਆ ਭੱਜਣ ਵੱਧ ਲਾਉਣਾ ਹੈਗਾ ਠੀਕ ਹੈ ਕਾਹਦੇ ਵਾਸਤੇ 80 ਤੇ ਕਾਹਦੇ ਵਾਸਤੇ ਹੂੰ ਵੈਸੇ ਹੀ ਅੱਛਾ 3 ਸਪੀਡ ਵੀ ਮਤਲਬ ਰੂਟਾ ਵੀ ਸਪੀਡ ਹਾਂ ਆਖਰੀ ਵੀ ਰੂਟਾ ਮੀਟਰ ਵਾਸਤੇ ਵੀਰੇ ਜਾਂ ਸੁਪਰ ਸੀਟਰ ਵਾਸਤੇ ਹਾਂ ਸੁਪਰ ਸੀਟਰ ਵਾਸਤੇ ਤੇ ਮਿਸਤਰੀ ਕਿੰਨਾ ਖਰਚਾ ਆਊਗਾ 3 ਸਪੀਡ ਕਰਨ ਤੇ 3 ਸਪੀਡ ਤੇ ਆ ਜੂ ਵੀਰੇ 30000 ਰੁਪਏ 35 ਦੇ ਵਿੱਚ ਵਿੱਚ ਠੀਕ ਹੈ ਤੇ ਭੱਜਣ ਵੀ ਵੱਧ ਲੱਗ ਜੂਗਾ ਹਾਂ ਭੱਜਣ ਵੀ ਲੱਗ ਉਹਦਾ ਵਿੱਚ ਆਪਣੇ ਵਿੱਚੋਂ ਬਦਲਣਾ ਚੱਕਰ ਗੇਅਰ ਸਿਸਟਮ ਬਦਲਣਾ ਪਊ ਕੀ ਬਦਲਣਾ ਪਊ ਨਹੀਂ ਗੇਅਰਾਂ 'ਚ ਵੀ ਹੋ ਜਾਂਦਾ ਅੱਛਾ ਜੀ ਹਾਂ ਜੀ ਤੇ ਕੀ ਹਾਂਡੀ ਹੁੰਡੀ ਚੇਂਜ ਕਰਨੀ ਪਊ ਨਹੀਂ ਨਹੀਂ ਹਾਂਡੀ ਨਹੀਂ ਵਿੱਚੋਂ ਗਰਾਰੀਆਂ ਹਾਂ ਵਿੱਚੋਂ ਗਰਾਰੀਆਂ ਚੇਂਜ ਹੋਣੀਆਂ ਨੇ ਠੀਕ ਹੈ ਛੋਟੀਆਂ ਵੱਡੀਆਂ ਗਰਾਰੀਆਂ ਪੈ ਜਾਣੀਆਂ ਹਾਂ ਜੀ ਹਾਂ ਜੀ ਠੀਕ ਹੈ ਕਿ ਆ ਮਿੱਤਰੋ ਟਰੈਕਟਰ ਤੇ ਖੁੱਲਿਆ ਲੈ